ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖੀ ਦੀ ਆਣ ਤੇ ਸ਼ਾਨ ਬਦਲੇ ਮਹਾਨ ਕੁਰਬਾਨੀਆਂ ਕੀਤੀਆਂ। ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਵਾਂਗੂ ਸ਼ਮਾਂ ਤੇ ਛੱਡਦੇ ਪਤੰਗਿਆਂ ਨੂੰ ਆਪਣੇ ਆਪ ਨੂੰ ਸਾੜਨਾ ਬੜਾ ਔਖਾ, ਜੰਗਾਂ ਜੁੱਧਾਂ ਵਿੱਚ ਭੁੱਖੇ ਰਹਿ ਕੇ ਤੇ ਬੈਰੀ ਤਾਈ ਲਤਾੜਨਾ ਬੜਾ ਔਖਾ, ਉਹ ਦੁਨੀਆ ਵਾਲਿਓ ਪਿਤਾ ਦਸ਼ਮੇਸ਼ ਵਾਂਗੂ ਵਸਦਾ ਘਰ ਉਜਾੜਨਾ ਬੜਾ ਔਖਾ, ਲਾੜੀ ਮੌਤ ਦੇ ਵਿਆਹਣ ਲਈ ਲਾਡਲੇ ਨੂੰ ਰਣ ਤੱਤੇ ਵਿੱਚ ਵਾੜਨਾ ਬੜਾ ਔਖਾ। ਉਸ ਮਹਾਨ ਗੁਰੂ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਭਾਈ ਮੱਘਰ ਸਿੰਘ ਭੌਰਾ ਗੋਥਲਾ ਵਾਲੇ ਜ਼ਿਲ੍ਹਾ ਬਠਿੰਡੇ ਵਾਲਾ ਢਾਡੀ ਹੱਥਾ ਇੰਜ ਕਹਿ ਰਿਹਾ ਹੈ। ਬਿਆਨ ਕਰਾਂ ਕੁਰਬਾਨੀਆਂ ਤੂੰ ਦੁਖੀਆਂ ਦਾ ਦਿਲ ਜਾਣੀ, ਨਾ ਹੋਇਆ ਨਾ ਹੋਵਣਾ ਇਸ ਜੱਗ ਵਿੱਚ ਤੇਰਾ ਸਾਨੀ, ਧੰਨ ਧੰਨ ਪੁੱਤਰਾਂ ਦੇ ਅਦਾਨੀਆਂ ਸ਼ਹਾਦਤ ਲਈ ਕਰਾਈਆਂ ਤਿਆਰੀਆਂ, ਚਾਲ ਮਾਂ ਦੇ ਸੁਤਾਇਆ ਨੇ ਜਤਾਹਾਂ ਮਾਰੀਆਂ, ਪਿਤਾ ਜੀ ਨੂੰ ਸ਼ਹਾਦਤ ਲਈ ਕਰਾਈਆਂ ਤਿਆਰੀਆਂ, ਹਿੰਦ ਦੇਸ਼ ਆਜ਼ਾਦ ਕਰਾਉਣ ਲਈ ਜ਼ੁਲਮਾਂ ਦਾ ਜੂੜਾ ਲਾਉਣ ਲਈ ਤੈ ਕੀਤੀ ਹਰ ਕੁਰਬਾਨੀ, ਨਾ ਹੋਇਆ ਨਾ ਹੋਵਣਾ ਇਸ ਜੱਗ ਵਿੱਚ ਤੇਰਾ ਸਾਨੀ, ਧੰਨ ਧੰਨ ਪੁੱਤਰਾਂ ਦੇ ਅਦਾਨੀਆਂ। ਨਾ ਹੋਇਆ ਨਾ ਹੋਵਣਾ ਇਸ ਜੱਗ ਵਿੱਚ ਤੇਰਾ ਸਾਨੀ, ਧੰਨ ਧੰਨ ਪੁੱਤਰਾਂ ਦੇ ਅਦਾਨੀਆਂ। ਦੁੱਖ ਸੁੱਖ ਤੋਂ ਬੇਪਰਵਾਹ ਤੂੰ, ਸਿਰ ਸ਼ਾਹਾਂ ਦਾ ਸ਼ਹਿਨਸ਼ਾਹ ਤੂੰ, ਤੂੰ
ना होया ना हो बना इस जग बिच तेरा सानी धन धन पुत्रा दे अदानिया के ताज तू तख्त तज के कंडिया ते रहा बराज तू खालसे नू हथी अपने बख्श के ताज तू तख्त तज के कंडिया दे रहा बराज तू तक नरगस तेरा हाल मैं ना आपा सका संभाल मैं खा दिल दर्दां दी कानी ना होया ना हो बना इस जग बिच तेरा सानी तन तन पुत्रां दे अदानियां किंज ब्याहन करां कुर्बानियां तू दुखियां दा दिल जानी ना होए ना हो बना इस जग बिच तेरा सानी तन तन पुत्रां दे अदानियां